ਮਾਸ਼ਾਅੱਲਾ ਖਾਂਦੇ ਖਾਂਦੇ ਥੱਕ ਗਏ ਤੇ ਨਾਲ ਕੁੜਾਈ ਵੀ ਕਰਾ ਰਹੇ। ਬਟ ਬੜੇ ਪਿਆਰੇ ਤੇ ਮਾਸੂਮ ਲੋਕ ਹੁੰਦੇ ਨੇ, ਲੇਕਿਨ ਜਦੋਂ ਰੋਟੀ ਸਾਹਮਣੇ ਆ ਜਾਏ ਤੇ ਸਾਰੀ ਮਾਸੂਮੀਅਤ ਖਤਮ ਤੇ ਚੰਗੇਜ਼ ਖਾਨ ਦੀ ਰੂਹ ਇਹਨਾਂ ਵਿੱਚ ਸਮਾ ਜਾਂਦੀ ਏ। ਜਿਵੇਂ ਚੰਗੇਜ਼ ਖਾਨ ਹਰ ਚੀਜ਼ ਨੂੰ ਤਹਿਸ ਨਹਿਸ ਕਰ ਦਿੰਦਾ ਸੀ, ਇੰਜੀਏ ਵੀ ਦਸਤਰਖਾਨ ਦੀ ਇੱਟ ਨਾਲ ਇੱਟ ਵਜਾ ਦਿੰਦੇ ਨੇ ਤੇ ਕਿਉਂ ਨਾ ਵਜਾਣ, ਐਵੇਂ ਤੇ ਨਹੀਂ ਕਹਿੰਦੇ ਜਿਹਦੇ ਢਿੱਡ ਉੱਤੇ ਵੱਟ ਨਹੀਂ ਉਹ ਵੱਟ ਨਹੀਂ। ਖਾਣ ਪੀਣ ਦੇ ਇਹਦੇ ਕੋਈ ਡਾਊਟ ਨਹੀਂ ਕਿ ਸ਼ੌਕੀਨ ਨਹੀਂ ਬਹੁਤ ਜ਼ਿਆਦਾ, ਬਟ ਬਰਾਦਰੀ ਮੈਨੂੰ ਭੁੱਖ ਲੱਗੀ ਹੁੰਦੀ ਹੈ, ਮੈਂ ਇੱਥੇ ਖਾਧਾ ਹੁੰਦਾ, ਉਹਦੇ ਬਾਵਜੂਦ ਮੈਂ ਇਹਨਾਂ ਨੂੰ ਕਹਿਣਾ ਹੋਇਆ ਲਿਆ ਹੋਇਆ ਇੱਧਰ ਔਰ ਬਿੱਲੇ ਕੋਲ ਛੇਤੀ ਕੇ ਫੜ ਲਿਆ ਯਾਰ, ਡੇਢ ਕਿਲੋ ਦੀ ਕੜਾਈ ਹੈਗੀ ਹੈ, ਇਹ ਇੱਕ ਡੇਢ ਕਿਲੋ ਦੀ ਮੈਂ ਕਿਹਾ ਉਹ ਮੇਰੀ ਆ, ਖਬਰਦਾਰ ਕਿਸੇ ਨੇ ਹੱਥ ਮਾਰਿਆ ਸੀ, ਵੱਖੋ ਵੱਖੀ ਖਾਓ, ਮੇਰੀ ਕੜਾਈ 'ਚ ਕੋਈ ਨਾ ਹੱਥ ਮਾਰੇ, ਬਹਿ ਕੇ ਡੇਢ ਕਿਲੋ ਸੂਤ ਗਈ। ਬੱਟਾਂ ਦੀਆਂ ਖੁਸ਼ ਖੁਰਾਕੀਆਂ ਕਿਆ ਹੀ ਬਾਤਾਂ, ਇੱਕ ਨਾਨ ਤੇ ਦੋ ਟੋਟੇ ਤੇ ਨਾਨ ਪਾਰ ਵੱਟ ਕੋਈ ਆਮ ਇਨਸਾਨ ਨਹੀਂ ਹੁੰਦੇ, ਇੱਕ ਵਕਤ ਦੀ ਰੋਟੀ ਨਾਲ 2 ਲੀਟਰ ਦੀ ਬੋਤਲ, ਗੱਲ ਹੀ ਕੋਈ ਨਹੀਂ ਬਾਦਸ਼ਾਹ। ਜਦੋਂ ਕੰਮ ਨਹੀਂ ਹੁੰਦਾ ਉਦੋਂ ਭੁੱਖ ਡਬਲ ਲੱਗਦੀ ਹੈ, ਸੁਬਾ ਫਿਰ ਸਿਰੀ ਪਾਵੇ ਲਾਜ਼ਮੀ ਹੁੰਦੇ ਨੇ ਅੰਦਰੂਨ ਸ਼ਹਿਰ ਦੇ ਵਿੱਚ, ਫਿਰ ਦੁਪਹਿਰ ਨੂੰ ਬਿਰਿਆਨੀ ਸ਼ਰਿਆਨੀ ਚੱਲ ਜਾਂਦੀ ਹੈ, ਰਾਤ ਨੂੰ ਜਿੱਥੇ ਲੱਭੇ ਖਾ ਲਈਦੀ ਹੈ। ਹੋਰ ਤੇ ਹੋਰ ਕਈ ਦੁਕਾਨਦਾਰ ਵੀ ਬੱਟਾਂ ਤੋਂ ਖੌਫਜ਼ਦਾ ਹੁੰਦੇ ਨੇ ਕਿ ਬੱਟ ਸਾਹਿਬ ਆ ਗਏ ਨੇ, ਹੁਣ ਬਾਕੀ ਗਾਹਕਾਂ ਨੂੰ ਰੋਟੀ ਕਿੱਥੋਂ ਦੇਵਾਂਗੇ। 2-4 ਬੱਟ ਅਗਰ ਇਕੱਠੇ ਆ ਜਾਣ ਤੇ ਫਿਰ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਇਹਨਾਂ ਨੂੰ ਹੁਣ ਕਿਸ ਤਰ੍ਹਾਂ ਪੂਰਾ ਕਰੀਏ, ਬਾਕੀ ਕਸਟਮਰਾਂ ਨੂੰ ਕਿੱਥੋਂ ਦਈਏ, ਉਹ ਤਕਰੀਬਨ ਖਤਮ ਕਰਕੇ ਹੀ ਉੱਠਦੇ ਨੇ। ਬੱਟਾਂ ਦੇ ਪਾਰੋਂ ਮਸ਼ਹੂਰ ਹੈ ਕਿ ਇਹ ਹਰ ਮੁਸ਼ਕਲ ਬਰਦਾਸ਼ਤ ਕਰ ਲੈਣਗੇ, ਪਰ ਭੁੱਖ ਬਰਦਾਸ਼ਤ ਨਹੀਂ ਹੁੰਦੀ। ਕਹਿਣ ਵਾਲੇ ਕਹਿੰਦੇ ਨੇ ਬੱਟਾਂ 'ਚ 3 ਹੀ ਖੂਬੀਆਂ ਹੁੰਦੀਆਂ ਨੇ, ਪਹਿਲੀ ਖੁਸ਼ ਖੁਰਾਕੀ, ਦੂਸਰੀ ਖੁਸ਼ ਖੁਰਾਕੀ ਤੇ ਤੀਸਰੀ ਵੀ ਖੁਸ਼ ਖੁਰਾਕੀ। ਕੈਮਰਾਮੈਨ ਅਲੀ ਮੁਸ਼ਤਬਾ ਦੇ ਨਾਲ ਰਾਏ ਹਸਨੈਨ, ਸਮਾਂ, ਲਾਹੌਰ।